ਕੋਈ ਮਦਦ ਨਹੀਂ ਕੀਤੀ। ਚਾਂਦਪੁਰ ਦਾ ਜਿਹੜਾ ਬੰਨ ਟੁੱਟਿਆ ਸੀਗਾ, ਬਾਪੂ ਜੀ ਦੀ ਜ਼ਮੀਨ 'ਚ ਟੁੱਟਿਆ ਸੀਗਾ, ਇਹਨਾਂ ਨੁਕਸਾਨ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਚਿਹਰੇ 'ਤੇ ਹਾਸੀ ਦੇਖੋਗੇ ਬਾਪੂ ਜੀ ਦੇ, ਪਰ ਅੱਖਾਂ ਜਿਹੜੀਆਂ ਬਈ ਦਰਦ ਬਿਆਨ ਕਰ ਰਹੀਆਂ ਨੇ। ਪਰ ਹੱਸਦੇ ਚਿਹਰੇ ਦਾ ਮਤਲਬ ਐਂ ਨਹੀਂ ਹੁੰਦਾ ਬਈ ਉਹਨੂੰ ਕੋਈ ਦੁੱਖ ਨਹੀਂ, ਉਹਨੂੰ ਕੋਈ ਤਕਲੀਫ ਨਹੀਂ। ਅਸਲ 'ਚ ਉਹਨਾਂ ਨੂੰ ਮਤਲਬ ਕਿ ਜਿਹੜਾ ਦੁੱਖਾਂ ਨਾਲ ਸਾਹਮਣਾ ਕਰਨ ਦੀ ਆਦਤ ਪੈ ਜਾਂਦੀ। ਬਾਪੂ ਕਹਿੰਦੇ ਜਦੋਂ ਪਹਿਲਾਂ 93 'ਚ ਪਾਣੀ ਆਇਆ ਸੀ, ਇਸ ਤੋਂ ਵੱਧ ਪਾੜ ਖੁੱਲ੍ਹੇ ਸੀ, ਮਤਲਬ ਕਿ ਕਹਿੰਦੇ 20 ਸਾਲ ਅਸੀਂ ਮਿੱਟੀ ਪਾਈ ਗਏ, ਫਿਰ ਵੀ ਜਾ ਕੇ ਮਸਾਂ ਲੁੱਟ ਆਇਆ ਸੀਗਾ। ਹੁਣ ਕਿਤੇ ਜਾ ਕੇ ਸੈੱਟ ਬੈਠਾ ਜੀ, ਹੁਣ ਫਿਰ ਉਹੀ ਕੰਮ ਹੋ ਗਿਆ। 3 ਕਿੱਲੇ ਬਾਪੂ ਜੀ ਦੇ 5 ਫੁੱਟ ਵਾਂਗੂ ਰੇਤਾ ਚਾੜਤਾ ਬਾਈ। ਬਾਕੀ ਆ ਜਾਓ ਬਾਈ, ਤੁਹਾਡੇ ਬਾਪੂ ਨਾਲ ਗੱਲ ਕਰਾਉਂਦੇ ਵੀ ਕਿਹੜੀ ਜ਼ਮੀਨ ਹੈ, ਕਿੰਨਾ ਇਹਨਾਂ ਦਾ ਨੁਕਸਾਨ ਹੋਇਆ। ਕੀ ਹਾਲ ਹੈ ਜੀ? ਠੀਕ ਹੈ, ਵਧੀਆ। ਆਹ ਜ਼ਮੀਨ ਆਪਣੀ ਹੈ ਜੀ? ਹਾਂਜੀ। ਚਾਂਦਪੁਰੇ ਬਣਦੇ ਬਾਈ, ਜਿਹੜਾ ਬੰਨ ਪਾੜ ਖੁੱਲਿਆ ਸੀ, ਇੱਥੇ ਬਾਪੂ ਜੀ ਦੀ ਜ਼ਮੀਨ ਹੈ। ਤੁਸੀਂ ਹੁਣ ਦੱਸੋ ਵੀ ਕਿੰਨਾ ਖਰਚਾ ਆ ਸਕਦਾ ਤੁਹਾਡੇ ਵਾਹਨ 'ਤੇ ਮਿੱਟੀ ਚੱਕਣ 'ਤੇ? ਮਿੱਟੀ ਚੱਲ ਗਿਆ ਮੈਂ ਪਹਿਲਾਂ ਜੀ, 20 ਸਾਲ ਨਹੀਂ ਚੱਲਦਾ ਬੰਨ। ਜਦੋਂ 93 'ਚ ਟੁੱਟਿਆ ਸੀ? ਹਾਂਜੀ ਹਾਂਜੀ। ਤੁਹਾਡੇ ਵਾਹਨ 'ਚ ਟੁੱਟਿਆ ਸੀ ਪਹਿਲਾਂ? ਹਾਂ, ਉਹ ਫਿਰ ਚਲਾ ਪਹਿਲਾਂ ਕਹਿੰਦੇ ਵੀ ਉੱਥੇ ਟੁੱਟਿਆ ਸੀ ਇਹਨਾਂ ਦੇ ਵਾਹਨ 'ਚ, 2 ਕਿੱਲੇ ਛੱਡ ਕੇ ਟੁੱਟਿਆ ਸੀ। ਮੈਂ 20 ਸਾਲ ਮਿੱਟੀ ਨਹੀਂ ਚੱਕੀ ਗਈ ਸੀ? ਨਾ ਨਾ ਜੀ, ਮਿੱਟੀ ਪੜੀ ਨਹੀਂ, ਭਰਿਆ ਨਹੀਂ ਗਿਆ। ਅੱਛਾ, ਪਾੜ ਖੁੱਲ ਗਿਆ ਜੀ ਉੱਥੇ, ਜਿਹੜਾ ਜ਼ਮੀਨ ਦੇ ਵਾਂਗੂ। ਹਾਂ ਹਾਂ। ਮਤਲਬ 20 ਸਾਲ ਉੱਥੇ ਕਹਿੰਦੇ ਮਿੱਟੀ ਪਈ ਜੀ, ਮਤਲਬ ਹੁਣ ਮਿੱਟੀ ਚੱਕਣ 'ਤੇ ਕਿੰਨਾ ਕੁ ਟਾਈਮ ਲੱਗੂ ਅਤੇ ਕਿੰਨਾ ਖਰਚਾ ਆ ਜੂਗਾ ਜੀ ਮਿੱਟੀ ਪੈ? ਹਾਂਜੀ, ਮਿੱਟੀ ਪੈ ਜੀ ਖਾਸਾ ਖਰਚਾ ਆ ਜਾਏਗਾ, ਆ ਜਾਏਗਾ 2-3 ਲੱਖ ਰੁਪਇਆ। ਅੱਛਾ ਜੀ, ਕਿੰਨਾ ਵਾਹਨ ਹੈ ਤੁਹਾਡਾ ਇੱਥੇ? ਮਤਲਬ 3 ਕਿੱਲੇ ਮਿੱਟੀ ਉਹਰੇ ਪੜਿਆ। ਅੱਛਾ ਜੀ, ਅਤੇ ਝੋਨਾ ਲੱਗ ਜੂਗਾ? ਦੇਖੋ ਜੀ, ਚੱਕੀ ਕੀ ਲੱਗ ਜਾਏਗਾ, ਨਹੀਂ ਮੁਸ਼ਕਲ ਲੱਗਦਾ ਵੈਸੇ ਤਾਂ, ਟਾਈਮ ਬਹੁਤ ਲੱਗ ਜੂਗਾ, ਰੋੜੇ ਰੂੜੇ ਵੀ ਆ ਰਹੇ ਨੇ, ਹੈ ਨਾ ਜੀ? ਹਾਂ ਜੀ, ਸਾਰਾ ਫਸਾ ਰਿਹਾ। ਮਤਲਬ ਕਣਕ ਤੱਕ ਜਾ ਕੇ ਸੈੱਟ ਹੋ ਗਏ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਬਾਈ ਇੱਥੇ। ਹਾਂਜੀ ਹਾਂਜੀ। ਪਿੰਡ ਕਿਹੜਾ ਜੀ ਆਪਣਾ? ਚਾਂਦਪੁਰਾ, ਜ਼ਮੀਨ ਅਸਦਾਨੀ ਕਮੀ ਮੁੱਲ ਹੀ ਹੈ। ਅੱਛਾ ਜੀ, ਇੱਥੇ ਵੀ ਖੇਤੀ ਕਰਦੇ? ਅਸਦਾਨੀ ਵੀ ਜ਼ਮੀਨ ਆਈ ਸਾਰੀ? ਸਾਰੀ ਅਸਦਾਨੀ ਆਈ, ਆਪਣੀ ਬੈਂਦ ਹੀ ਹੈ। 93 'ਚ ਵੀ ਕਹਿੰਦੇ ਬਾਈ ਬਹੁਤ ਵੱਡਾ ਇੱਥੇ ਟੋਆ ਪੱਟ ਗਿਆ ਸੀ ਬਾਪੂ ਜੀ ਕਹਿੰਦੇ, ਵੀ ਉਦੋਂ 20 ਸਾਲ ਬੰਦ ਨਹੀਂ ਹੋਇਆ। ਪਹਿਲਾਂ ਤਾਂ ਮਤਲਬ ਟਰੈਕਟਰਾਂ ਨਾਲ ਬੰਦ ਕਰਿਆ ਸੀ, ਕਿਵੇਂ ਕਰਿਆ ਸੀਗਾ ਜੀ? ਟਰੈਕਟਰ ਨਾਲ ਬੰਦ ਕਰਿਆ, ਫਿਰ ਮਿੱਟੀ ਡੇਕਿਆ ਵਰਤਾ। ਅੱਛਾ ਜੀ, ਪਹਿਲਾਂ ਵੀ ਇੰਨਾ ਪਾਣੀ, ਕਿਵੇਂ ਪਾਣੀ ਵੱਧ ਸੀਗਾ ਘੱਟ ਸੀਗਾ? ਪਹਿਲਾਂ ਵੀ ਇੰਨੀ ਦਾ ਘੱਟ ਨਹੀਂ, ਵੱਧਦੇ ਪਏ ਹੋਊਗਾ। ਸਰਕਾਰ ਨੇ ਕਰੀ ਦੀ ਕੋਈ ਮਦਦ? ਕੱਲ ਆਏ ਤੇ ਦੇਖਿਆ ਵੀ ਆਉ ਨਹੀਂ, ਪਹਿਲਾਂ 93 'ਚ ਸਰਕਾਰ ਨੇ ਮਦਦ ਕੀਤੀ ਸੀ? ਕੋਈ ਮਦਦ ਨਹੀਂ ਕੀਤੀ ਜੀ ਸਰਕਾਰ ਨੇ। ਆਏ ਕੋਈ? ਆਪਾਂ ਬੰਦ ਕਰਿਆ ਬੰਨ ਵੀ, ਸਰਕਾਰ ਤੋਂ ਵੈਸੇ ਵੱਧ ਤੋਂ ਵੱਧ ਜੇ ਦੇਣ ਵੀ ਲੱਗੀ ਫਸਲ ਦਾ ਦੇ ਸਕਦੇ, ਹੈ ਨਾ ਜੀ? ਹਾਂਜੀ ਹਾਂਜੀ। ਹੁਣ ਜਿਵੇਂ ਇਹਦੇ 3-4 ਲੱਖ ਲੱਗ ਜੂ, ਉਹਦਾ ਤਾਂ ਨਹੀਂ ਦੇ ਸਕਦੇ? ਨਾ ਨਾ ਨਾ, ਹੈ ਨਾ ਜੀ, ਬੰਨ ਵੀ ਆ ਬੰਨਿਆ ਨਾ, ਆਪਾਂ ਸਰਕਾਰ ਨੇ ਪੈਸੇ ਦੇ ਦਿਓ ਕੋਈ ਜ਼ਿਮੀਦਾਰਾਂ ਨੇ। ਠੀਕ ਹੈ, ਜਿਵੇਂ ਹੁਣ ਠੇਕਾ ਦੇ ਦਿਆ, ਪਹਿਲਾਂ ਅੱਛਾ ਬੰਨਿਆ ਸੀ ਲੋਕਾਂ? ਹਾਂ, ਬੰਨਿਆ ਰਹਾ। ਠੀਕ ਹੈ, ਟਰੈਕਟਰਾਂ ਨਾਲ ਬੰਨਿਆ ਲੋਕਾਂ ਨੇ? ਹਾਂ ਹਾਂ ਹਾਂ, ਬਾਹਰ ਤੋਂ ਮਟੀਰੀਅਲ ਲੈ ਕੇ। ਪਹਿਲਾਂ ਕਿੰਨੇ ਕੁ ਦਿਨਾਂ 'ਚ ਬੰਨਿਆ ਗਿਆ ਸੀ ਬੰਨ ਪਿਛਲੀ ਵਾਰ 93 ਜੀ? ਬਸ ਉਹ ਲੱਗੇ ਦੇ, ਮਤਲਬ 6 ਮਹੀਨੇ ਲੱਗੇ ਦੇ। ਅੱਛਾ ਜੀ, ਪਹਿਲਾਂ ਉਰੇ ਤੋਂ ਲੈ ਕੇ? ਹਾਂਜੀ, ਉਹ ਉੱਥੇ ਤੱਕ ਕਹਿੰਦੇ ਮਿਹਨਤ ਕੀ ਕਿੰਨੇ ਕਹਿੰਦਾ ਸਾਰਾ, ਕਹਿੰਦੇ 8-9 ਪਾ ਉਹ ਤੀਗੇ ਪਾੜ ਤੀ, ਹੈ ਨਾ? 8-9 2 ਕਿਲੋਮੀਟਰ ਨਿਕਲਿਆ ਸਾਰਾ, 2 ਕਿਲੋਮੀਟਰ ਦਾ ਪਾੜ ਖੁੱਲ੍ਹਿਆ ਸੀ ਪਹਿਲਾਂ ਕਹਿੰਦੇ ਬਈ ਸਾਰਾ ਹੀ। 6 ਮਹੀਨੇ ਬੰਦ ਕਰਨ 'ਤੇ ਲੱਗ ਗਏ ਸੀ, ਅਤੇ ਇਹਨਾਂ ਤਾਂ ਮਤਲਬ 10-10 ਦਿਨਾਂ 'ਚ ਹੋ ਜੂਗੇ ਤਾਂ ਬੰਦ, ਹੈ ਨਾ ਜੀ? ਨਾ ਜੀ, ਮਹੀਨਾ ਲੱਗ ਜਾਏਗਾ, ਲੱਗ ਜੂਗਾ ਮਹੀਨਾ? ਬਾਪੂ ਜੀ ਕਹਿੰਦੇ ਤੇ ਮਹੀਨਾ ਲੱਗ ਜੂਗਾ ਬਾਈ, ਪਹਿਲਾਂ ਕਹਿੰਦੇ ਵੀ 6 ਮਹੀਨੇ ਲੱਗ ਸੀ, ਪਹਿਲਾਂ 1 ਕਿਲੋਮੀਟਰ ਤੋਂ ਵੱਧ ਪਾੜ ਖੁੱਲ੍ਹਿਆ ਸੀਗਾ। ਠੀਕ ਹੈ ਜੀ। ਹਾਂਜੀ।